ਚਲੋ ਜੀ, ਇੱਕ ਅਸੀਂ ਸ਼ਹਿਰ ਘੁੰਮਣ ਲੱਗੇ ਹਾਂ। ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਸ਼ਹਿਰ ਹੈ। ਅਸੀਂ ਇੱਕ ਮਾਰਕੀਟ 'ਚ ਆਏ ਹਾਂ, ਖੈਰ ਨਾਂ ਤਾਂ ਪਤਾ ਨਹੀਂ ਗਾ, ਪਰ ਚੀਜ਼ਾਂ ਬਹੁਤ ਵਧੀਆ ਲੱਗ ਰਹੀਆਂ ਦੇਖਣ ਦੇ ਵਿੱਚ, ਨਵੀਆਂ ਨਵੀਆਂ ਇੱਥੇ। ਇਹ ਸ਼ਹਿਰ ਹਨੋਈ, ਵੀਅਤਨਾਮ ਦਾ ਸ਼ਹਿਰ ਹਨੋਈ। ਬੱਚੇ ਖੇਡ ਰਹੇ ਇੱਧਰ, ਤੁਸੀਂ ਦੇਖ ਸਕਦੇ ਹੋ ਇਹ ਬੱਚੇ ਬਹੁਤ ਵਧੀਆ ਤਰੀਕੇ ਨਾਲ ਖੇਡ ਰਹੇ। ਇਹਨਾਂ ਦਾ ਆਪਦਾ ਕੁਛ ਸਟੇਡੀਅਮ ਬਣਿਆ ਹੋਇਆ ਇਹ। ਵੱਡੇ ਵੱਡੇ ਹੋਟਲ, ਵੱਡੀਆਂ ਵੱਡੀਆਂ ਇਮਾਰਤਾਂ, ਅੰਬਰ ਸਿੰਘ ਦੀਆਂ ਇਮਾਰਤਾਂ ਇਹ। ਲੋਕ ਆ ਜਾ ਰਹੇ ਨੇ, ਅਸੀਂ ਮਾਰਕੀਟ ਵੱਲ ਨੂੰ ਵੱਧਦੇ ਜਾ ਰਹੇ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡਾ ਇਹ ਨਵਾਂ ਬਲੌਗ ਸ਼ੂਟ ਹੋਣ ਲੱਗਿਆ ਗਾ। ਜਾਣਕਾਰੀਆਂ ਜਿੰਨੀ ਕੁ ਸਾਨੂੰ ਨੌਲੇਜ ਆ ਫਿਲਹਾਲ, ਅਸੀਂ ਉੱਨੀ ਕੁ ਸ਼ੁਰੂ ਕੀਤੀ ਆ, ਕਿਉਂਕਿ ਸਾਡਾ ਵੀ ਇਹ ਪਹਿਲਾ ਹੀ ਟੂਰ ਹੈ ਵੀਅਤਨਾਮ ਦਾ। ਆਹ ਤੁਸੀਂ ਦੇਖ ਸਕਦੇ ਹੋ ਬੱਚੇ ਖੜ੍ਹੇ ਆ। ਅੱਛਾ, ਇੱਕ ਗੱਲ ਹੋਰ ਆ, ਇੱਥੇ ਅਸੀਂ ਕੱਲ੍ਹ ਦੇ ਆਏ ਹੋਏ ਹਾਂ, ਸਾਨੂੰ ਇੰਨਾ ਕੁ ਪਤਾ ਲੱਗਿਆ ਵੀ ਇੱਥੇ ਜਿਹੜਾ ਇੰਡੀਅਨ ਫੂਡ ਆ ਬਹੁਤ ਘੱਟ ਹੈ। ਜ਼ਿਆਦਾਤਰ ਇੱਥੇ ਚਿਕਨ ਵਗੈਰਾ ਗਾ, ਖਾਸ ਕਰਕੇ ਮੱਛੀ। ਆਹ ਮੈਂ ਮੱਛੀ ਦੀ ਗੱਲ ਕੀਤੀ ਅਤੇ ਮੱਛੀ ਸਾਹਮਣੇ ਆ ਗਈ। ਆਹ ਤੁਸੀਂ ਦੇਖ ਸਕਦੇ ਹੋ ਮੱਛੀ ਕਿੰਨੀ ਪਈ ਹੈ। ਮੱਛੀਆਂ ਮੂੰਹ ਖੋਲਦੀਆਂ, ਆਓ ਆਓ ਆਓ। ਲਓ ਜੀ, ਅਸੀਂ ਹੁਣ ਸੀਤਾਫਲ ਪਿਆ ਇੱਥੇ, ਹੋਰ ਵੀ ਕਈ ਚੀਜ਼ ਦੇਖ ਸਕਦੇ। ਖੂਬਸੂਰਤ ਨਜ਼ਾਰਾ, ਐਂ ਲੱਗਦਾ ਵੀ ਜਿਵੇਂ ਚਾਈਨਾ ਦਾ ਦੇਸ਼ ਹੋਵੇ ਅਤੇ ਚਾਈਨਾ ਦੇ ਵਿਅਕਤੀ ਅਸੀਂ ਡੁੱਬੀਏ। ਵੈਸੇ ਇਹ ਚਾਈਨਾ ਦਾ ਹੈ ਹੀ ਨਹੀਂ ਗਾ, ਦੱਸਿਆ ਜਾ ਰਿਹਾ ਇਹ ਚਾਈਨਾ ਦਾ ਦੇਸ਼ ਨਹੀਂ ਹੈਗਾ। ਵੀਅਤਨਾਮ ਸਿਰਫ ਆਪਦੀ ਕੰਟਰੀ ਆ, ਆਪਣੀ ਵੀ ਇੱਥੇ ਜਿਹੜੀ ਮਨੀ ਆ ਉਹ ਬਹੁਤ ਜ਼ਿਆਦਾ ਰੇਟ ਦੇ ਵਿੱਚ ਆ। ਅਸੀਂ ਲਗਭਗ $400 ਦਾ ਲਿਆ ਸੀ ਅਤੇ ਸਾਨੂੰ 1 ਕਰੋੜ ਰੁਪਈਆ ਇਹਨਾਂ ਨੇ ਦਿੱਤਾ। ਅਸੀਂ ਸ਼ੂਜ਼ ਦੇਖ ਸਕਦੇ ਹਾਂ, ਬੂਟਾਂ ਦੀ ਵਰਾਇਟੀ ਵੇਖੋ।